ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਾਂ ਪ੍ਰਭਲੀਨ ਕੌਰ। ਇੱਕ ਅਣਹੋਣੀ ਘਟਨਾ ਵਾਪਰੀ ਹੈ। ਇੱਕ ਬੱਚਾ ਜੋ ਕਿ ਘਰੋਂ ਦੀ ਦੁਕਾਨ 'ਤੇ ਕੁਝ ਸਮਾਨ ਲੈਣ ਲਈ ਜਾਂਦਾ ਹੈ, ਨਾਲ ਦੋ ਦੋਸਤ ਮੌਜੂਦ ਹੁੰਦੇ ਨੇ, ਟ੍ਰੇਨ ਦੀ ਲਪੇਟ ਦੇ ਵਿੱਚ ਆ ਕੇ ਬੱਚੇ ਦੀ ਮੌਤ ਹੋ ਜਾਂਦੀ ਹੈ। ਇਹ ਘਟਨਾ ਜਦੋਂ ਵਾਪਰਦੀ ਹੈ, ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਬੱਚੇ ਦੀ ਉਮਰ 11 ਤੋਂ 12 ਸਾਲ ਦੀ ਦੱਸੀ ਜਾ ਰਹੀ ਹੈ। ਨਾਮ ਉਸਦਾ ਸ਼ਿਵਾ ਦੱਸਿਆ ਜਾ ਰਿਹਾ, ਲੁਧਿਆਣੇ ਦੇ ਕੁੰਦਨਪੁਰੀ ਇਲਾਕੇ ਦਾ ਰਹਿਣ ਵਾਲਾ, ਸਲੇਮ ਟਾਬਰੀ ਦੇ ਨੇੜੇ। ਜਿਹੜਾ ਕੀ ਹੈ, ਬੱਚਾ ਕੋਈ ਦੁਕਾਨ 'ਤੇ ਸਮਾਨ ਲੈਣ ਜਾ ਰਿਹਾ ਸੀਗਾ, ਰੇਲਵੇ ਲਾਈਨਾਂ ਦੇ ਕੋਲੋਂ ਜਦੋਂ ਲੰਘਦਾ ਹੈ ਤਾਂ ਬੱਚਾ ਟ੍ਰੇਨ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ। ਜਿਹੜਾ ਸਰੀਰ ਹੈ ਉਹ ਬਿਲਕੁਲ ਚੀਰਫਾੜ ਹੋ ਜਾਂਦਾ ਹੈ ਅਤੇ ਉੱਥੇ ਹੀ ਮੌਕੇ 'ਤੇ ਬੱਚੇ ਦੀ ਮੌਤ ਹੋ ਜਾਂਦੀ ਹੈ। ਮਾਂ ਰੋਂਦੀ ਕੁਰਲਾਉਂਦੀ ਨਜ਼ਰ ਆਉਂਦੀ ਹੈ ਅਤੇ ਉਹਨਾਂ ਦੇ ਵੱਲੋਂ ਜਾਣਕਾਰੀ ਇਹ ਦਿੱਤੀ ਜਾਂਦੀ ਹੈ ਕਿ ਬੱਚਾ ਘਰੋਂ ਦੀ ਕੋਈ ਚੀਜ਼ ਸਮਾਨ ਲੈਣ ਵਾਸਤੇ ਗਿਆ ਸੀ। ਦੋ ਨਾਲ ਜਿਹੜੇ ਬੱਚੇ ਮੌਜੂਦ ਹੋਰ ਹੁੰਦੇ ਨੇ ਉਹ ਬਚ ਜਾਂਦੇ ਨੇ, ਉਹ ਟ੍ਰੇਨ ਦੀ ਲਪੇਟ ਦੇ ਵਿੱਚ ਨਹੀਂ ਆਉਂਦੇ, ਪਰ ਇਸ ਬੱਚੇ ਦੀ ਜਾਨ ਜਿਹੜੀ ਹੈ ਇਸ ਘਟਨਾ ਦੇ ਵਿੱਚ ਚਲੀ ਜਾਂਦੀ। ਤੁਹਾਡੇ ਨਾਲ ਤਸਵੀਰਾਂ, ਜਾਣਕਾਰੀ ਜਿਹੜੀ ਸਾਰੀ ਸਾਂਝੀ ਕਰਦੇ ਹਾਂ। ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮ।